ਪੱਗ ਲਾਈ ਆਈ ਡਰਾਈਵਰ ਦੀ ਰੋਡ ਵੇਚਦੀ ਤੂੰ ਕਿਹਦਾ ਵੀਡੀਓ ਨਾ ਬਣਾਓ ਤੂੰ ਕਿਹਦਾ ਕਹਿਣਾ ਵੀਡੀਓ ਨਾ ਬਣਾਓ ਤੂੰ ਕਿਹਦਾ ਪੱਗ ਲਾਈ ਡਰਾਈਵਰ ਦੀ ਸਟੇਜ ਤੇ ਬੈਠਿਆ ਦੀ ਇਹਨੇ ਪੱਗ ਲੱਕ ਦਾ ਜੂੜਾ ਫੜ ਲਿਆ ਅੱਛਾ ਐ ਬੰਦੇ ਨੇ ਵੇਖੋ ਜੀ ਬਿਲਕੁਲ ਗਲਤ ਕੰਮ ਕਰਨ ਡੇ ਆ ਇਹ ਬੰਦੇ ਨੇ ਪੱਗ ਲਾਈ ਆਈ ਡਰਾਈਵਰ ਦੀ ਰੋਡ ਵੇਚਦੀ ਯਾਰ ਤੈਨੂੰ ਥੱਲੇ ਆ ਗਿਆ ਤੂੰ ਕਿੱਥੇ ਆ ਥੱਲੇ ਦੱਸ ਮੈਨੂੰ ਯਾਰ ਆਪਣੀ ਦਾਦਾਗਿਰੀ ਕਰਨ ਡੇ ਤੂੰ ਕਿਦਾ ਪੱਗ ਲਾ ਦੀ ਡਰਾਈਵਰ ਦੀ ਸਟੇਜ ਤੇ ਬੈਠਿਆ ਦੀ ਸ਼ਮਸ਼ੇਰ ਝੂਠ ਬੋਲਣਾ ਸਰ ਤੂੰ ਗੱਲਾਂ ਸੱਚਾ ਯਾਰ ਦੱਸੋ ਭਾਜੀ ਇੱਕ ਮਿੰਟ ਭਾਜੀ ਕੀ ਗੱਲ ਹੋਈ ਦੱਸੋ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਥੇ ਕਾਰਵਾਈ ਹੋਊਗੀ ਤੇ ਫਿਰ ਹੀ ਜਾਮ ਖੋਲਣੇ ਕੋਈ ਸਾਡੀਆਂ ਕੋਈ ਵੀ ਪੱਗਾਂ ਲਾ ਦੂ ਯਾਰ ਇੱਥੇ ਅਸੀਂ ਮੁਲਾਜ਼ਮ ਨਹੀਂ ਆ ਇਹਨਾਂ ਦੀ ਗੁੰਡਾ ਕਰਦੀ ਯਾਰ ਭਾਜੀ ਇੱਕ ਮਿੰਟ ਭਾਜੀ ਕੀ ਗੱਲ ਹੋਈ ਆ ਬੈਠੇ ਸੀਗੇ ਬਸ ਪਹਿਲਾਂ ਭਰੀ ਹੋਈ ਸੀ ਹਾਂਜੀ ਇਹਨੇ ਡਰਾਈਵਰ ਨੇ ਬੱਸ ਜਦੋਂ ਨਹੀਂ ਰੋਕੀ ਹਾਂਜੀ ਤਾਂ ਪੁਲਿਸ ਮੁਲਾਜ਼ਮ ਜਿਹੜਾ ਉਹ ਅੱਗੇ ਹੋ ਗਿਆ ਅੱਛਾ ਜੀ ਸਟਾਫ ਦੇ ਵਿੱਚ ਗੱਲ ਕਰਨੇ ਇਹ ਅੱਗੇ ਹੋ ਗਏ ਡਰਾਈਵਰ ਨੇ ਬ੍ਰੇਕ ਮਾਰੀ ਇੱਕਦਮ ਪਾਸੇ ਦੀ ਕੱਢਣ ਲੱਗਾ ਫੁੱਟਪਾਥ ਪਾਸੇ ਦੀ ਠੀਕ ਆ ਪੁਲਿਸ ਮੁਲਾਜ਼ਮ ਬਾਰੀ ਖੋਲ੍ਹ ਕੇ ਉੱਪਰ ਚੜਿਆ ਚੱਲਦੀ ਬੱਸ ਦੇ ਵਿੱਚ ਡਰਾਈਵਰ ਨੂੰ ਜੂੜਿਓ ਫੜ ਕੇ ਉਹਦੀ ਪੱਗ ਲਾਈ ਆ ਉਹਨੂੰ ਜੂੜਿਓ ਫੜਿਆ ਤੇ ਜੇ ਕੋਈ ਘਟਨਾ ਹੋ ਜਾਂਦੀ ਗੱਡੀ ਆਸ ਪਾਸੇ ਸਵਾਰੀਆਂ ਦੇ ਮਰਨ ਦਾ ਕੌਣ ਜ਼ਿੰਮੇਵਾਰ ਸੀ ਬਿਲਕੁਲ ਅਸੀਂ ਇਹਦਾ ਫਰਜ਼ ਇਹ ਬਣਦਾ ਸੀ ਅਸੀਂ ਨਹੀਂ ਕਹਿੰਦੇ ਆਪਣੀ ਕਾਰਵਾਈ ਕਰਦੇ ਇਹਦਾ ਫਰਜ਼ ਇਹ ਬਣਦਾ ਸੀ ਪਹਿਲਾਂ ਬੱਸ ਨੂੰ ਰੋਕਦੇ ਅੰਦਰ ਬੈਠੀਆਂ ਬੱਸ ਦੇ ਵਿੱਚ ਸਵਾਰੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਭਾਜੀ ਸਵਾਰੀਆਂ ਮਰ ਜਾਂਦੇ ਕੋਈ ਗੱਡੀ ਪਾੜੀਆਂ ਦੀ ਕੌਣ ਜ਼ਿੰਮੇਵਾਰੀ ਥਾਣੇ ਗਾਲੀ ਚੱਲ ਠੀਕ ਹੈ ਥਾਣੇ ਚੱਲ ਕੇ ਤੁਹਾਡੀ ਦਾਦਾਗਿਰੀ ਚੱਲਣੀ ਹੈ ਤੇ ਇੱਥੇ ਸਦੋ ਜੀ ਨੂੰ ਸੱਦਣਾ ਯਾਰ ਦਾਦਾਗਿਰੀ ਤੇਰੇ ਸਾਹਮਣੇ ਵੀਰ ਮੇਰੀ ਗੱਲ ਸੁਣ ਤੂੰ ਵੀ ਮੁਲਾਜ਼ਮ ਹੈ ਨਾ ਵੀਰ ਜਿਹੜੀ ਗਲਤੀ ਉਹਦੀ ਗਲਤੀ ਹੋ ਗਈ ਵੀਰ ਮੇਰੀ ਗੱਲ ਸੁਣ ਸਵਾਰੀਆਂ ਝੂਠ ਬੋਲਦੀਆਂ ਲੋਕਾਂ ਨੂੰ ਕਾਲੀ ਤੂੰ ਮੈਨੂੰ ਇਹ ਦੱਸੋ ਯਾਰ ਦੱਸ ਕੀ ਕਰੀਏ ਇਹਨੂੰ ਕੀ ਕਰੀਏ ਨਾ ਮਰੀ ਦੱਸੋ ਕੀ ਕਰੀਏ ਦੱਸੋ ਕੀ ਕਰੀਏ ਕੀ ਕਰੋ ਤੁਸੀਂ ਤੇ ਫੇਰ ਹੁਣ ਅਹੀ ਕੱਲ ਸਾਡੇ ਕੋਲ ਹੋਰ ਸਾਡੇ ਕੋਲ ਰੋਡ ਤੇ ਬੈਠ ਜੋ ਬਿਨਾਂ ਕੰਮ ਹੀ ਕੋਈ ਨਹੀਂ ਆ ਤੇ ਲੋਕ ਕੀ ਕਰੀਏ ਮੇਰੇ ਹੀ ਤੰਗ ਹੋ ਰਹੇ ਆ ਇਹਨੂੰ ਸਸਪੈਂਡ ਕਰਾਓ ਜਿਹਨੇ ਡਰਾਈਵਰ ਦੀ ਪਰਚੀ ਕਰਾਓ ਤੂੰ ਕਰ ਯਾਰ ਤੇ ਫਿਰ ਤੁਸੀਂ ਅਸੀਂ ਤੇਰੇ ਪਿੱਛੇ ਕਾਲੀ ਤੰਗ ਹੋਈਏ ਸਾਰੀ ਦੁਨੀਆ ਫਿਰ ਅਹੀ ਹੁਣ ਦੱਸ ਕੀ ਕਰ ਸਕਦੇ ਹੋ ਮਰਜ਼ੀ ਕਰ ਯਾਰ ਹਾਂ ਮਰਜ਼ੀ ਕਰ ਗੱਡੀ ਦੇ ਪਿੱਛੇ ਤੇਰੇ ਕੱਲੇ ਪੈਰਾਂ ਜਾਮ ਲੱਗਾ ਇੱਕ ਮਿੰਟ ਵੀਰ ਕਾਹਦੇ ਲਈ ਇੱਕ ਮਿੰਟ ਯਾਰ ਤੂੰ ਗੱਲ ਗੱਲ ਹੀ ਪੈਣ ਦੇ ਗੱਲ ਗੱਲ ਹੀ ਪੈਣ ਦੇ ਗੱਲ ਗੱਲ ਹੀ ਪੈਣ ਦੇ ਤੂੰ ਤੂੰ ਗੱਲ ਗੱਲ ਹੀ ਪੈਣ ਦੇ ਰਸ਼ ਦੇ ਤੂੰ ਗੱਲ ਗੱਲ ਹੀ ਪੈਣ ਦੇ ਮੈਨੂੰ ਅਸੀਂ ਸਾਰੀ ਦੁਨੀਆ ਪਿੱਛੇ ਪਰ ਦੱਸੋ ਵੀ ਗੱਲ ਗੱਲ ਹੀ Thanks for watching.